ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੁੰਦੇ ਨੇ ਸੁਸ਼ੀਲ ਦਸਾਂਝ ਦੱਸਦੇ ਨੇ ਕਿ ਪੰਜਾਬ ਵਿੱਚ ਜਾਂ ਭਾਰਤ ਭਰ ਦੇ ਵਿੱਚ ਕੀ ਕੁਛ ਹੁੰਦਾ ਹੈ ਅਤੇ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸ ਫਿਰ ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ ਮਨਦੀਪ ਸਿੰਘ ਅਤੇ ਸਰਬਜੀਤ ਕੌਰ ਸੈਨੋ ਜੇ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ ਗੁਰਦੀਪ ਸਿੰਘ ਬਿਰਦੀ ਕਲੋਵਸ ਅਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਜੀ ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦਸਾਂਝ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬ ਰੇਡੀਓ ਯੂ ਐਸ ਏ ਦੇ ਸਾਰੇ ਸਰੋਤਾਂ ਨੂੰ ਵੀ ਸੁਸ਼ੀਲ ਦਸਾਂਝ ਦੀ ਤਰਫ ਤੋਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਪਰ ਦੋਸਤੋ ਮੈਂ ਇਸ ਵਕਤ ਸਫ਼ਰ ਤੇ ਇਸ ਕਰਕੇ ਦਿੱਲੀ ਵੱਲ ਨੂੰ ਜਾ ਰਿਹਾ ਏਅਰਪੋਰਟ ਵੱਲ ਨੂੰ ਹੋ ਸਕਦਾ ਹੈ ਕਿ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਥੋੜੀ ਬਹੁਤ ਡਿਸਟਰਬੈਂਸ ਹੋਵੇ ਤੇ ਉਹਦੇ ਲਈ ਅਸੀਂ ਪਹਿਲਾਂ ਹੀ ਤੁਹਾਡੇ ਤੋਂ ਮਾਫ਼ੀ ਮੰਗ ਲੈਂਦੇ ਹਾਂ ਅੱਜ ਮੈਂ ਟੋਰਾਂਟੋ ਵਾਸਤੇ ਏਅਰਪੋਰਟ ਤੇ ਆ ਤੇ ਕੱਲ ਟੋਰਾਂਟੋ ਪਹੁੰਚ ਜਾਣਾ ਉਸ ਤੋਂ ਬਾਅਦ ਤੁਹਾਡੇ ਕੋਲ ਵੀ ਆਉਣ ਦਾ ਇੱਕ ਪ੍ਰੋਗਰਾਮ ਸ਼ਾਇਦ ਹੈ ਸੋ ਮਿਲਾਂਗੇ ਬੜੀ ਜਲਦੀ ਪਰ ਅੱਜ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਫ਼ਰ ਦੇ ਦੌਰਾਨ ਹੀ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ ਜੀ ਸੁਸ਼ੀਲ ਜੀ ਸਭ ਤੋਂ ਪਹਿਲਾਂ ਆਪਾਂ ਨਵੀਂ ਬਣੀ ਪਾਰਟੀ ਆ ਜਿਸ 'ਤੇ ਸੈਸ਼ਨ ਵੀ ਸ਼ੁਰੂ ਹੋ ਗਿਆ ਵਿਧਾਨ ਸਭਾ ਦਾ ਉਸ ਦੀ ਗੱਲ ਕਰਦੇ ਹਾਂ ਅਤੇ ਨਵੇਂ ਬਣੇ ਮੁੱਖ ਮੰਤਰੀ ਦੀ ਗੱਲ ਕਰਦੇ ਹਾਂ ਬਹੁਤਾ ਰੌਲਾ ਗੋਲਾ ਬੀ ਆਈ ਪੀ ਕਲਚਰ ਦਾ ਹੈਗਾ ਅਜਾਂ ਬੱਤੀਆਂ ਲਾਉਣੀਆਂ ਜਾਂ ਨਹੀਂ ਲਾਉਣੀਆਂ ਕੋਈ ਸਾਫ਼ ਜਿਹਾ ਬਿਆਨ ਨਹੀਂ ਹੈਗਾ ਇਸ ਮੁੱਖ ਮੰਤਰੀ ਦਾ ਅਤੇ ਕਿਉਂਕਿ ਭੰਬਲ ਭੂਸੇ ਦੇ ਵਿੱਚ ਪਏ ਹੋਏ ਆ ਕਦੀ ਕਹਿੰਦੇ ਲਾ ਲਓ ਕਦੀ ਕਹਿੰਦੇ ਲਾ ਲਓ ਅਤੇ ਪਰ ਜਿਹੜਾ ਅਸਲੀ ਮੁੱਦੇ ਸੀਗੇ ਉਹ ਲਾਲ ਬੱਤੀਆਂ ਦੇ ਵਿੱਚ ਹੀ ਜਿਹੜੇ ਆ ਉਹ ਉਲਝ ਕੇ ਰਹਿ ਗਏ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਲਾਲ ਬੱਤੀਆਂ 'ਚ ਉਲਝ ਕੇ ਰਹਿ ਗਏ ਹੈ ਲੱਗਦਾ ਇਹ ਹੈ ਕਿ ਅਸਲ ਦੇ ਵਿੱਚ ਇੱਕ ਪਾਪੂਲਿਜ਼ਮ ਦੀ ਪੋਲੀਟਿਕਸ ਇਹ ਗਵਰਨਮੈਂਟ ਜਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਖੇਡ ਰਹੇ ਆ ਲੋਕ ਪ੍ਰਿਯਤਾ ਦੀ ਸਿਆਸਤ ਇਹਨੂੰ ਕਿਹਾ ਜਾਂਦਾ ਤੇ ਕੁੱਝ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਏਦਾਂ ਉਸਾਰ ਦਿਓ ਵੀ ਲੋਕ ਜਿਹੜੇ ਓਰਿਜਨਲ ਜਿਹੜੇ ਉਹਨਾਂ ਦੇ ਕਹਿ ਲਓ ਵੀ ਇਸ਼ੂਸ ਹੈਗੇ ਆ ਬਹੁਤ ਬੁਨਿਆਦੀ ਜਿਹੜੇ ਮੁੱਦੇ ਆ ਲੋਕ ਉਹਨਾਂ ਤੇ ਗੱਲ ਨਾ ਕਰਨ ਇਸੇ ਗੱਲ ਤੇ ਗੱਲ ਕਰਨ ਕਿ ਲਾਲ ਬੱਤੀ ਲੱਗਣੀ ਆ ਜਾਂ ਨਹੀਂ ਲੱਗਣੀ ਜਾਂ ਇਸ ਗੱਲ ਦੀ ਚਰਚਾ ਕਰਨ ਵੀ ਦੇਖ ਲਓ ਜੀ ਕਾਂਗਰਸ ਪਾਰਟੀ ਨੇ ਕਮਾਲ ਕਰਤੀ ਆਉਂਦਿਆਂ ਹੀ ਲਾਲ ਬੱਤੀ ਕਲਚਰ ਖਤਮ ਕਰ ਦਿੱਤਾ ਪਰ ਇਹ ਲਾਲ ਬੱਤੀ ਕਲਚਰ ਜਾਂ ਵੀ ਵੀ ਆਈ ਪੀ ਕਲਚਰ ਕਿਤੇ ਬਿਆਨਾਂ ਦੇ ਨਾਲ ਜਾਂ ਅਖਬਾਰਾਂ ਦੇ ਵਿੱਚ ਚਰਚਾ ਨਾਲ ਜਾਂ ਸੋਸ਼ਲ ਮੀਡੀਆ ਦੀ ਚਰਚਾ ਨਾਲ ਥੋੜ੍ਹਾ ਖਤਮ ਹੋਣਾ ਇਹ ਤਾਂ ਇੱਕ ਪੂਰੀ ਦੀ ਪੂਰੀ ਜੀਵਨ ਸ਼ੈਲੀ ਹੈ ਮੈਂ ਤੁਹਾਨੂੰ ਦੱਸਦਾ ਕਿ ਇੱਕ ਸਧਾਰਨ ਵਿਅਕਤੀ ਵੀ ਜਿਹੜਾ ਬਹੁਤ ਵਿਅਕਤੀ ਹੈ ਜਦੋਂ ਉਹ ਉੱਠ ਕੇ ਹੌਲੀ ਹੌਲੀ ਉਹਦਾ ਰੁਤਬਾ ਵੱਧਦਾ ਹੈ ਤੇ ਉਹਦੀ ਜੀਵਨ ਸ਼ੈਲੀ ਬਦਲਦੀ ਚਲੀ ਜਾਂਦੀ ਹੈ ਤੇ ਇੱਕ ਸਧਾਰਨ ਵਿਅਕਤੀ ਜਿਹੜਾ ਕਿਸੇ ਵੇਲੇ ਨੰਗੇ ਪੈਰਾਂ ਵੱਜਦਾ ਸੀ ਕਈ ਵਾਰ ਉਹ ਸਟਾਰ ਜੀਵਨ ਸ਼ੈਲੀ ਚ ਪਹੁੰਚ ਜਾਂਦਾ ਉਹਨੂੰ ਜੇ ਵਾਪਸ ਨੰਗੇ ਪੈਰਾਂ ਵਾਲੇ ਜੀਵਨ ਚ ਪਰਤਾਉਣਾ ਹੋਵੇ ਤਾਂ ਤੁਸੀਂ ਉਹਨੂੰ ਪਰਤਾ ਨਹੀਂ ਸਕਦੇ ਉਹ ਵਾਪਸ ਨਹੀਂ ਆਏਗਾ ਉੱਥੋਂ ਉਹ ਜਿਹੜਾ ਆਦੀ ਹੋ ਚੁੱਕਾ ਫਾਈਵ ਸਟਾਰ ਜੀਵਨ ਸ਼ੈਲੀ ਦਾ ਵਾਪਸ ਨਹੀਂ ਆਏਗਾ ਯਾਨੀ ਆਪਣੇ ਆਪ ਨੂੰ ਡੀਗ੍ਰੇਡ ਕੋਈ ਨਹੀਂ ਕਰੇਗਾ ਸੋ ਜਿਹੜਾ ਇਹ ਲਾਲਬੱਤੀ ਕਲਚਰ ਜਾਂ ਵੀ ਵੀ ਆਈ ਪੀ ਕਲਚਰ ਨੂੰ ਖਤਮ ਕਰਨ ਦੇ ਬੁਲੰਦ ਕਿਸਮ ਦੇ ਨਾਰੇ ਜਿਹੜੇ ਦਿੱਤੇ ਜਾ ਰਹੇ ਸੀ ਤੇ ਉਹਦਾ ਫਾਇਦਾ ਉਦੋਂ ਸਾਹਮਣੇ ਆ ਗਿਆ ਜਦੋਂ ਉਹਨਾਂ ਦੇ ਆਪ ਦੇ ਇੱਕ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਹਿ ਤਾ ਕਿ ਭਾਈ ਮਤੀ ਤਾਂ ਗੋਡੇ ਰਗੜ ਰੜ ਕੇ ਸਾਨੂੰ ਮਿਲੀ ਹੈ ਲਾਲ ਬੱਤੀ ਤੇ ਅਸੀਂ ਲਾਲ ਬੱਤੀ ਤੋਂ ਬਿਨਾਂ ਕਿੱਦਾਂ ਜਾਵਾਂਗੇ ਅਸੀਂ ਤਾਂ ਮੈਂ ਤਾਂ ਲਾਲ ਬੱਤੀ ਵਾਲੀ ਗੱਡੀ ਚ ਬਹਿਣਾ ਰਾਣੇ ਗੁਰਜੀਤ ਨੇ ਕਿਹਾ ਉਸ ਤੋਂ ਬਾਅਦ ਇੱਕ ਦਬਾਅ ਸ਼ਾਇਦ ਅੰਦਰ ਲੋਬੀ ਦਾ ਹੈ ਆਫਿਸਰ ਲੋਬੀ ਦਾ ਦਬਾਅ ਵੀ ਹੈ ਸੀਟ ਦੇ ਵਿੱਚ ਬੈਠੇ ਕੁਝ ਲੋਕ ਹੈ ਉਹਨਾਂ ਦਾ ਵੀ ਹੈ ਤੇ ਸਰਕਾਰ ਨੂੰ ਕਹਿਣਾ ਪਿਆ ਕਿ ਨਹੀਂ ਮੁੱਖ ਮੰਤਰੀ ਤੇ ਜਿਹੜੇ ਕੈਬਨਿਟ ਮੰਤਰੀ ਉਹ ਲਾਲ ਬੱਤੀ ਲਾ ਸਕਦੇ ਆ ਪਰ ਜਦੋਂ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਹੋ ਗਈ ਨੁਕਤਾਚੀਨੀ ਹੋਈ ਤਾਂ ਕੈਪਟਨ ਅਮਰਿੰਦਰ ਨੂੰ ਕੁਝ ਮਿੰਟਾਂ ਬਾਅਦ ਹੀ ਆਪਣਾ ਇਹ ਆਦੇਸ਼ ਵਾਪਸ ਲੈਣਾ ਪਿਆ ਇਹ ਕਹਿਣਾ ਪਿਆ ਨਹੀਂ ਅਸੀਂ ਲਾਲ ਬੱਤੀ ਨਹੀਂ ਲਾਵਾਂਗੇ ਇਹਦਾ ਮਤਲਬ ਦੁਬਦਾ ਹੈ ਇਸ ਦੁਬਦਾ ਦਾ ਕਾਰਨ ਇੱਕੋ ਇੱਕ ਇਹ ਹੈ ਕਿ ਖੁਦ ਕੈਪਟਨ ਅਮਰਿੰਦਰ ਸਿੰਘ ਵੀ ਜਿਹੜੀ ਜੀਵਨ ਸ਼ੈਲੀ ਦੇ ਵਿੱਚ ਹੁਣ ਤੱਕ ਜਿਉਂਦੇ ਆਏ ਆ ਉਹ ਜੀਵਨ ਸ਼ੈਲੀ ਨੂੰ ਤਿਆਗ ਨਹੀਂ ਸਕਦੇ ਹਾਂ ਨਿੱਜੀ ਤੌਰ ਦੇ ਉੱਤੇ ਕੁਝ ਲੋਕ ਹੋ ਸਕਦੇ ਆ ਮੰਤਰੀ ਹੋ ਸਕਦੇ ਆ ਮਨਪ੍ਰੀਤ ਬਾਦਲ ਤਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਗਵਰਨਮੈਂਟ ਸੀ ਉਦੋਂ ਵੀ ਮਨਪ੍ਰੀਤ ਬਾਦਲ ਸਾਦਾ ਜੀਵਨ ਜਿਉਂਦੇ ਸੀ ਹੋ ਸਕਦਾ ਉਹ ਏਦਾਂ ਕਰਨ ਪਰ ਸਾਰੇ ਨਹੀਂ ਕਰ ਸਕਦੇ ਜਿਹਨਾਂ ਦੀਆਂ ਆਦਤਾਂ ਬਣ ਚੁੱਕੀਆਂ ਫਾਈਵ ਸਟਾਰ ਜੀਵਨ ਸ਼ੈਲੀ ਜਿਹੜੇ ਲਗਾਤਾਰ ਅਪਣਾਉਂਦੇ ਆ ਰਹੇ ਆ ਤੇ ਉਹ ਕਿੱਦਾਂ ਵਾਪਸ ਜਾ ਸਕਦੇ ਇਸ ਕਰਕੇ ਇਹ ਸਾਰਾ ਕੁਝ ਅਸੀਂ ਜੋ ਦੇਖ ਰਹੇ ਹਾਂ ਇਹ ਬਹੁਤ ਟੈਂਪਰੇਰੀ ਹੈ ਆਉਣ ਵਾਲੇ ਪੰਜ ਚਾਰ ਮਹੀਨਿਆਂ 'ਚ ਇਹ ਲਾਲ ਬੱਤੀ ਸੱਭਿਆਚਾਰ ਜਾਂ ਵੀ ਵੀ ਆਈ ਪੀ ਕਲਚਰ ਬਾਰੇ ਜੋ ਕੁਝ ਕਿਹਾ ਜਾ ਰਿਹਾ ਉਹਦਾ ਸੱਚ ਸਾਡੇ ਸਾਹਮਣੇ ਆ ਜਾਣਾ ਇਹ ਸਿਰਫ ਤੇ ਸਿਰਫ ਲੋਕ ਦਿਖਾਵੇ ਵਾਲੀ ਗੱਲ ਹੈ ਲੋਕਾਂ ਨੂੰ ਥੋੜੀ ਦੇਰ ਵਾਸਤੇ ਇਸ ਚਰਚਾ 'ਚ ਲੈਣ ਵੀ ਲੋਕ ਰੋਜ਼ੀ ਰੋਟੀ ਦੀ ਮੰਗ ਨਾ ਕਰਨ ਰੁਜ਼ਗਾਰ ਦੀ ਮੰਗ ਨਾ ਕਰਨ ਲੋਕ ਚੰਗੀ ਸਿਹਤ ਦੀ ਮੰਗ ਨਾ ਕਰਨ ਚੰਗੀ ਐਜੂਕੇਸ਼ਨ ਦੀ ਮੰਗ ਨਾ ਕਰਨ ਲਾਲ ਬੱਤੀ ਕਮਾਲ ਕਰਤੀ ਵੀ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਦੇਖੋ ਕਿਆ ਬਾਤ ਹੈ
ਏਦਾਂ ਸਾਦਾ ਸਰਕਾਰ ਚੱਲੇਗੀ ਤਾਂ ਕਿੰਨਾ ਜ਼ਿਆਦਾ ਫਾਇਦਾ ਹੋਏਗਾ ਪੰਜਾਬ ਦੇ ਲੋਕਾਂ ਨੂੰ। ਏਦਾਂ ਦਾ ਇੱਕ ਪਬਲਿਜ਼ਮ ਦਾ ਕਨੈਕਸ਼ਨ ਹੈ ਇਹਦੇ ਵਿੱਚ, ਲੋਕਪ੍ਰਿਯਤਾ ਦੀ ਸਿਆਸਤ ਹੈ ਹੋਰ ਇਹਦੇ ਵਿੱਚ ਖੁੱਲ ਗਈ ਹੈ। ਜੀ 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 ਤੇ ਆਪਾਂ ਗੱਲ ਕਰਦੇ ਹਾਂ ਅਗਲੀ ਕਿ ਜਦੋਂ ਇਹ ਪਾਰਟੀ ਬਣੀ ਆ ਤਾਂ ਇਸ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਹੋਈਆਂ ਸੀਗੀਆਂ ਕਿ ਅਸੀਂ ਆਹ ਖਰਚਾ ਨਹੀਂ ਕਰਾਂਗੇ, ਆਹ ਖਰਚਾ ਨਹੀਂ ਕਰਾਂਗੇ, ਅਤੇ ਹੁਣ ਜਿਹੜੀਆਂ ਚੇਅਰਮੈਨੀਆਂ ਵੀ ਦੇ ਦਿੱਤੀਆਂ ਗਈਆਂ ਜਿਵੇਂ ਲਾਲ ਸਿੰਘ ਨੂੰ ਆ, ਅਤੇ ਇਹ ਖਰਚੇ ਨਹੀਂ ਵਧੇ ਇਸ ਦੇ ਨਾਲ? ਇਹੀ ਗੱਲ ਜੁੜਦੀ ਹੈ ਵੀਵੀਆਈਪੀ ਕਲਚਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਲਾਲਬੱਤੀ ਕਲਚਰ ਦੀ ਗੱਲ ਕਰਦੇ ਹਾਂ। ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਪਾਈ ਪਾਈ ਬਚਾਈ ਜਾਏਗੀ। ਮਨਪ੍ਰੀਤ ਬਾਦਲ ਨੇ ਆਪਣੇ ਦਫ਼ਤਰ 'ਚ ਆਉਣ ਵਾਲੇ ਲੋਕਾਂ ਵਾਸਤੇ ਚਾਹ ਪਾਣੀ ਵੀ ਬੰਦ ਕਰ, ਨਾਲ ਕਿਹਾ ਮਨਪ੍ਰੀਤ ਬਾਦਲ ਨੇ ਇਹ ਵੀ ਇਹ ਮੈਨੂੰ ਪਤਾ, ਕਹਿੰਦੇ ਵੀ ਇਹਦੇ ਨਾਲ ਕੋਈ ਬਹੁਤਾ ਫਾਇਦਾ ਤਾਂ, ਕਿੰਨਾ ਕੁ ਚਾਹ ਪਾਣੀ ਦਾ ਕਿੰਨਾ ਖਰਚਾ ਹੁੰਦਾ। ਪਰ ਫਿਰ ਵੀ ਮੈਂ ਲੋਕਾਂ 'ਚ ਇੱਕ ਮੈਸੇਜ ਕਨਵੇ ਕਰਨਾ ਚਾਹੁੰਦਾ ਕਿ ਸਰਕਾਰ ਇਸ ਤਰ੍ਹਾਂ ਸਾਦੇ ਢੰਗ ਨਾਲ ਚੱਲੇ, ਪਾਈ ਪਾਈ ਬਚਾਵੇ, ਤਾਂ ਲੋਕਾਂ ਦੇ ਪੈਸੇ ਲੋਕਾਂ ਦੇ ਕੰਮ ਆ ਸਕਦੇ, ਇਹ ਤਾਂ ਮਨਪ੍ਰੀਤ ਬਾਦਲ ਕਹਿ ਰਹੇ ਹੈ। ਦੂਜੇ ਬੰਨੇ ਕੈਪਟਨ ਅਮਰਿੰਦਰ ਸਿੰਘ ਆਪਣੇ ਨਾਲ 13 ਓਐਸਬੀ ਲਾ ਦਿੰਦੇ ਆ, ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ 9 ਓਐਸਬੀ ਸੀ, ਕੈਪਟਨ ਸਾਹਿਬ 13 ਓਐਸਬੀ, 4 ਵਾਧੂ ਲਾ ਲਏ, ਤੇ ਉਹਦੇ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੂੰ ਸਟੇਟ ਮਿਨਿਸਟਰ ਦਾ ਦਰਜਾ ਦੇ ਦਿੰਦੇ ਆ। ਹਰਜਿੰਦਰ ਸਿੰਘ ਚਾਹਲ ਨੂੰ ਸਟੇਟ ਮਿਨਿਸਟਰ ਦਾ ਦਰਜਾ ਦੇ ਦਿੱਤਾ, ਨਵੀਨ ਠਪਰਾਲ ਜਿਹਨੂੰ ਮੀਡੀਆ ਸਲਾਹਕਾਰ ਬਣਾਇਆ ਉਹਨੂੰ ਵੀ ਸਟੇਟ ਮਿਨਿਸਟਰ ਦਾ ਦਰਜਾ ਦੇ ਦਿੱਤਾ, ਠਾਠ ਉਹਨਾਂ ਦੇ ਹੋਣਗੇ, ਇਹ ਕਿਹੜਾ ਭਾਰ ਹੈ? ਭਾਰ ਨਹੀਂ ਹੈ ਲੋਕਾਂ ਦੇ ਉੱਤੇ। ਫਿਰ ਬਕਾਇਦਾ ਇੱਕ ਬਿੱਲ ਲਿਆ ਰਹੇ ਆ, ਬਿੱਲ ਲਿਆ ਰਹੇ ਆ ਵੀ ਜਿਹੜੇ ਪਾਰਲੀਮੈਂਟਰੀ ਸੈਕਟਰੀ ਸੀਗੇ ਜਿਹੜੇ ਕੋਰਟ ਨੇ ਖਤਮ ਕਰ ਦਿੱਤੇ ਸੀ ਪਿਛਲੀ ਸਰਕਾਰ, ਤੁਹਾਨੂੰ ਪਤਾ ਕਿੰਨੀ ਹੇੜ ਕਿੰਨੀ ਫੌਜ ਬਾਦਲਾਂ ਨੇ ਪਾਰਲੀਮੈਂਟਰੀ ਸੈਕਟਰੀਆਂ ਦੀ ਲਾ ਲਈ ਸੀ, ਦਿੱਲੀ 'ਚ ਵੀ ਲਾਏ ਸੀ, ਆਮ ਆਦਮੀ ਪਾਰਟੀ ਵਾਲਿਆਂ ਨੇ ਵੀ, ਆਮ ਆਦਮੀ ਪਾਰਟੀ ਵਾਲਿਆਂ ਨੇ ਵੀ 26-27 ਲਾ ਲਏ ਸੀ, ਤੁਹਾਨੂੰ ਪਤਾ ਪੰਜਾਬ 'ਚ ਵੀ ਬਾਅਦ 'ਚ ਕੋਰਟ ਨੇ ਉਹਨਾਂ ਨੂੰ ਲਾਇਆ। ਹੁਣ ਕੈਪਟਨ ਅਮਰਿੰਦਰ ਦੀ ਸਰਕਾਰ ਇੱਕ ਬਿੱਲ ਲਿਆ ਰਹੀ ਹੈ ਕਿ ਪੰਜਾਬ 'ਚ ਪਾਰਲੀਮੈਂਟਰੀ ਸੈਕਟਰੀ ਲਾਉਣੇ ਆ, ਯਾਨੀ ਇੱਕ ਫੌਜ ਹੋਰ ਖੜੀ ਕਰਨੀ ਹੈ ਤੇ ਉਹਨਾਂ ਨੂੰ ਵੀ ਸਟੇਟ ਮਿਨਿਸਟਰ ਦਾ ਦਰਜਾ ਦੇਣਾ, ਸਾਰੇ ਸ਼ਾਹੀ ਥਾਠ ਵਾਰ ਦੇਣੇ। ਦੂਜੇ ਬੰਦੇ ਕਿਹਾ ਜਾ ਰਿਹਾ ਕਿ ਅਸੀਂ ਤਾਂ ਜੀ ਦੇਖੋ ਸਰਕਾਰ ਦੇ ਉੱਤੇ ਸਰਕਾਰ ਏਡੀ ਵੱਡੀ ਨਹੀਂ ਬਣਾਉਣੀ, ਵਜ਼ਾਰਤ ਏਡੀ ਵੱਡੀ ਨਹੀਂ ਬਣਾਉਣੀ ਵੀ ਬੋਝ ਲੋਕਾਂ ਹੋਵੇ, ਨਾਲ ਲੋਜਿਕ ਇਹ ਦੇ ਰਹੇ ਆ ਨਵੇਂ ਪਾਰਲੀਮੈਂਟ ਫੈਕਟਰੀ ਲਿਆਉਣ ਦਾ ਕੈਪਟਨ ਅਮਰਿੰਦਰ ਸਿੰਘ, ਵੀ ਅਸੀਂ ਇਸ ਕਰਕੇ ਲਾ ਰਹੇ ਹਾਂ ਵੀ ਜਿਹੜੇ ਨਵੇਂ ਲੋਕ ਆ ਰਹੇ ਨੇ ਕਾਂਗਰਸ ਪਾਰਟੀ ਦੇ ਵਿੱਚ, ਨਵੇਂ ਵਿਧਾਇਕ ਪਹਿਲੀ ਵਾਰ, ਉਹਨਾਂ ਨੂੰ ਪਾਰਲੀਮੈਂਟ ਫੈਕਟਰੀ ਬਣਾ ਕੇ ਉਹਨਾਂ ਨੂੰ ਕੰਮ ਕਰਨ ਦਾ ਤਜਰਬਾ ਦਈਏ, ਉਹ ਕੰਮ ਸਿੱਖਣ ਵੀ ਕੰਮ ਕਿੱਦਾਂ ਹੁੰਦਾ। ਔਰ ਅਗਲੀ ਗੱਲ, ਲਾਲ ਸਿੰਘ ਵਰਗਾ ਬੰਦਾ ਜਿਹੜਾ ਆ ਜਿਹੜੇ ਪ੍ਰੈਜੀਡੈਂਟ ਦੇ ਦਾਅਵੇਦਾਰ ਸੀ ਪੰਜਾਬ ਕਾਂਗਰਸ ਦੇ, ਇਹਨੇ ਵਾਈਸ ਪ੍ਰੈਜੀਡੈਂਟ ਹੋ ਰਹੇ ਆ, ਤੇ ਉਹਨਾਂ ਨੂੰ ਟਿਕਟ ਨਹੀਂ ਸੀ ਮਿਲੀ, ਤੁਹਾਨੂੰ ਪਤਾ, ਕਿਉਂਕਿ 1 ਸਤੰਬਰ 'ਚ 1 ਟਿਕਟ ਦੇਣੀ ਸੀ ਤੇ ਉਹਨਾਂ ਦੇ ਬੇਟੇ ਨੇ ਟਿਕਟ ਦਿੱਤੀ, ਉਹ ਜਿੱਤ ਗਿਆ ਬੇਟਾ। ਹੁਣ ਲਾਲ ਸਿੰਘ ਨੂੰ ਵੀ ਕਿਤੇ ਐਡਜਸਟ ਕਰਨਾ ਸੀ, ਜੇ ਟਿਕਟ ਨਹੀਂ ਦਿੱਤੀ 1 ਸਤੰਬਰ 'ਚ, 2 ਟਿਕਟਾਂ ਹੀ ਦਿੱਤੀਆਂ, ਪਰ 1 ਸਤੰਬਰ 'ਚ ਇੱਕ MLA ਬਣਾ ਲਿਆ, ਦੂਜੇ ਨੂੰ ਹੁਣ ਮੰਡੀ ਬੋਰਡ ਦਾ ਚੇਅਰਮੈਨ ਬਣਾ ਦਿੱਤਾ ਤੇ ਨਾਲ ਉਹਨੂੰ ਸਟੇਟ ਮਿਨਿਸਟਰ ਦਾ ਦਰਜਾ ਦੇ ਦਿੱਤਾ। ਭਾਰ ਕਿਹਦੇ 'ਤੇ ਪਿਆ? ਭਾਰ ਤਾਂ ਲੋਕਾਂ 'ਤੇ ਪਿਆ ਨਾ। ਇਹ ਕਿੱਦਾਂ ਦਾ ਕਿੱਦਾਂ ਦੀ ਸਰਕਾਰ ਹੈ ਜਿਹੜੀ ਸਰਕਾਰ ਕਹਿ ਰਹੀ ਸੀ ਕਿ ਅਸੀਂ ਖਰਚਾ ਕੋਈ ਨਹੀਂ ਕਰਨਾ, ਯਾਨੀ ਸਹੁੰ ਚੁੱਕ ਸਮਾਗਮ ਵੀ ਸਾਰਾ ਕਰਨਾ ਜੀ, ਤੇ ਸਾਡੇ ਜਿਹੜੇ ਮੰਤਰੀ ਆ ਪੱਤੀਆਂ ਵੀ ਨਹੀਂ ਵਰਤਣਗੇ, ਗੱਡੀਆਂ ਵੀ ਨਹੀਂ ਵਰਤਣਗੇ, ਵਾਧੂ ਸਕਿਉਰਿਟੀ ਵਾਪਸ ਲਈ ਜਾ ਰਹੀ ਹੈ। ਦੂਜੇ ਪਾਸੇ ਇੱਕ ਹੇੜ ਦੀ ਹੇੜ ਪੂਰੀ ਦੀ ਪੂਰੀ ਪਾਰਲੀਮੈਂਟ ਸੈਕਟਰੀ ਲਾਉਣ ਦੀ ਜਿਹੜੀ ਹੈ ਤਿਆਰੀ ਹੈ, ਤੇ OSP 13 ਲਾਏ ਹੈ, ਉਹ ਲਾਲ ਸਿੰਘ ਵਰਗੇ ਬੰਦੇ ਨੂੰ ਐਡਜਸਟ ਕੀਤਾ ਗਿਆ, ਕੱਲ ਨੂੰ ਸ਼ਮਸ਼ੇਰ ਸਿੰਘ ਦੂਲੋ ਨੂੰ ਵੀ ਐਡੇ ਕਿਸੇ ਦਾ ਚੇਅਰਮੈਨ, ਉਹਨੂੰ ਸਟੇਟ ਮਿਨਿਸਟਰ ਬਣਾ ਲੈਣਗੇ, ਤੇ ਸਟੇਟ ਮਿਨਿਸਟਰ ਦਾ ਦਰਜਾ ਦੇ ਦੇ ਕੇ ਦਰਜਨਾਂ ਲੋਕ ਜਿਹੜੇ ਹੈ ਸਾਡੇ ਸਿਰ ਪੰਜਾਬੀਆਂ ਦੇ ਸਿਰ ਤੇ ਬਿਠਾ ਦੇਣੇ ਆ। ਖਜ਼ਾਨੇ ਕਹਿੰਦੇ ਖਾਲੀ ਹੈ, ਤੇ ਇਹਨਾਂ ਨੂੰ ਭਾਈ ਪੈਸੇ ਕਿੱਥੋਂ ਦੇਣੇ ਆ? ਲੋਕਾਂ ਦੀ ਛੇੜ 'ਚ ਪੈਸੇ ਦੇਣੇ ਆ। ਅਲਟੀਮੇਟਲੀ ਇਹ ਸਰਕਾਰ ਤੇ ਪਿਛਲੀ ਸਰਕਾਰ 'ਚ ਮੈਂ ਘੱਟੋ ਘੱਟ ਇਹਨਾਂ ਮਾਮਲੇ 'ਚ ਕੋਈ ਫਰਕ ਨਹੀਂ ਦੇਖਦਾ। ਬਿਲਕੁਲ ਜੀ, ਚਿਹਰੇ ਬਦਲੇ ਆ ਲੱਗਦਾ, ਗੱਲ ਤੇ ਉੱਥੇ ਦੀ ਉੱਥੇ, ਲੋਕਾਂ ਨਾਲ ਧੋਖਾ ਹੁੰਦਾ ਹਰੇਕ ਵਾਰੀ। ਅੱਗੇ ਆਪਾਂ ਮਨਪ੍ਰੀਤ ਬਾਦਲ ਦੇ ਬਿਆਨ ਦੀ ਜੇ ਗੱਲ ਕਰੀਏ ਕਿ ਜਿਹੜਾ ਮਨਪ੍ਰੀਤ ਬਾਦਲ ਦਾ ਬਿਆਨ ਆ ਉਹ ਆਇਆ ਹੈਗਾ ਵੀ ਜਿਹੜਾ ਬੰਦਾ ਇੱਕ ਆ ਜਿਹੜਾ ਕੰਮ ਕਰੂਗਾ ਸਰਕਾਰ ਦੇ ਵਿੱਚ ਉਹ ਬਾਹਰ ਕੰਮ ਨਹੀਂ ਕਰੂਗਾ, ਪਰ ਕੀ ਲੱਗਦਾ ਨਹੀਂ ਕਿ ਪਹਿਲਾਂ ਹੀ ਕੋਈ ਨਾ ਕੋਈ ਗੜਬੜਿਆ ਤੇ ਨਾਲ ਹੀ ਉਹਨਾਂ ਨੇ ਇੱਕ ਵਾਈਟ ਪੇਪਰ ਜਾਰੀ ਕਰਨ ਦੀ ਗੱਲ ਕੀਤੀ ਹੈ? ਦੇਖੋ, ਮੈਂ ਪਸੰਦ ਨਾ ਪਸੰਦੀ ਦੇ ਮਾਮਲੇ ਦੇ ਵਿੱਚ ਜਿਹੜੇ ਸਿਆਸਤਦਾਨਾਂ ਨੂੰ ਪਸੰਦ ਕਰਦਾ ਉਹਦੇ ਵਿੱਚ ਮੈਂ ਮਨਪ੍ਰੀਤ ਬਾਦਲ ਦਾ ਨਾਂ ਅਕਸਰ ਲੈਣਾ, ਜਗਮੀਤ ਬਰਾੜ ਨੂੰ ਵੀ ਮੈਂ ਪਸੰਦ ਕਰਦਾ ਰਿਹਾ, ਪਰ ਜਗਮੀਤ ਬਰਾੜ ਦੀਆਂ ਜਿਹੜੀਆਂ ਰਾਜਨੀਤਿਕ ਤਰਜੀਹਾਂ ਜਿਹੜੀਆਂ ਆ ਬਹੁਤ ਗਲਤ ਬੈਠਦੀਆਂ ਰਹੀਆਂ, ਜਿਹਦੇ ਕਰਕੇ ਅੱਜ ਉਹ ਕਿਤੇ ਨਹੀਂ ਹੈ। ਮਨਪ੍ਰੀਤ ਬਾਦਲ ਵੀ 7-8 ਸਾਲ ਗੁਆਚੇ ਰਹੇ ਸੀ, ਬੜੀ ਮੁਸ਼ਕਲ ਨਾਲ ਉਹਨਾਂ ਦਾ ਪੋਲੀਟੀਕਲ ਕੈਰੀਅਰ ਪਟੜੀ ਤੇ ਆਇਆ, ਤੇ ਬਾਦਲਾਂ ਤੋਂ ਬਾਅਦ ਆਪਣੇ ਟੱਬਰ ਨੂੰ ਛੱਡ ਕੇ ਉਹ ਕੈਪਟਨ ਅਮਰਿੰਦਰ ਦੇ ਨੇੜੇ ਆਏ ਨੇ, ਤੇ ਹੁਣ ਪੰਜਾਬ ਦੇ ਫਾਈਨਾਂਸ ਮਿਨਿਸਟਰ ਹੈ। ਮੈਂ ਮਨਪ੍ਰੀਤ ਬਾਦਲ ਨੂੰ ਪਸੰਦ ਕਰਦਾ, ਪਰ ਮੈਂ ਨਾਲ ਦੀ ਨਾਲ ਉਹਨਾਂ ਦੀ ਸਖ਼ਤ ਕਿਸਮ ਦੀ ਨੁਕਤਾਚੀਨੀ ਵੀ ਕਰਦਾ ਰਿਹਾ ਜਦੋਂ ਉਹਨਾਂ ਨੇ ਪੀਪਲਸ ਪਾਰਟੀ ਬਣਾਈ ਸੀ ਉਦੋਂ ਤੋਂ। ਸਾਡੇ ਜਿਹੜੇ ਦੋਸਤ ਸਾਨੂੰ ਲਗਾਤਾਰ ਸੁਣਦੇ ਆ ਉਹਨਾਂ ਨੇ ਜ਼ਰੂਰ ਇਹ ਸਾਰੀਆਂ ਗੱਲਾਂ ਮੇਰੀਆਂ ਸੁਣੀਆਂ ਹੋਣਗੀਆਂ, ਕਿਤੇ ਰਿਕਾਰਡਿੰਗ ਵੀ ਹੋਣਗੀਆਂ। ਮੈਂ ਬਾਰ ਬਾਰ ਇਹ ਗੱਲ ਕਹੀ ਸੀ ਜਦੋਂ ਉਹਨਾਂ ਨੇ ਪੀਪਲਸ ਪਾਰਟੀ ਬਣਾਈ ਸੀ, ਜਦੋਂ ਭਗਤ ਸਿੰਘ ਦੇ ਪਿੰਡ ਜਾ ਕੇ ਖਟਕੜ ਕਲਾਂ ਚ ਉਹਨਾਂ ਦੇ ਪਿੰਡ ਦੀ ਮਿੱਟੀ ਚੱਕ ਕੇ ਕਹਿੰਦੇ ਸੀ ਮੈਂ ਨਿਜ਼ਾਮ ਬਦਲਣਾ, ਉਦੋਂ ਵੀ ਮੈਂ ਗੱਲ ਕਹੀ ਸੀ ਨਿਜ਼ਾਮ ਏਦਾਂ ਨਹੀਂ ਬਦਲੇ ਜਾਂਦੇ।
और मैं क्या थी कि मनप्रीत बादल सुपन साध है, सुपन साध है, पर सुपने नू हकीकी रूप किवें देना वो शायद आइडियोलॉजी ते वो प्रतिबद्धता कमिटमेंट उन्हां कोल नहीं। वो सुपन साज जिहड़ा तुरिया सी अपने टब्बर नू छड की खटकड़ कलां ते भगत सिंह दी मिट्टी चुक के मत्थे नू ला के इस निजाम नू बदलन वास्ते वो सुपन साज आखिरकार भारत दी सब तो ज्यादा दुर्दशा करन वाली जिहड़ी पार्टी कांग्रेस पार्टी वल्लों अज पंजाब दे विच मंत्री है। सो काहदे सुपने किथे गए, वो किथे गईयां सारियां तरजीहां, उही गल हुण कर रहे ने मनप्रीत बादल। ठीक है वो साडा जीवन जिउंदे ने, असीं उहनां दी सिफत करदे आ, बाकी नालों वक्खरे दिखाई दिंदे ने, किताबां पढ़दे ने, नेचर दा शौक रखते ने, शेरो शारी करते ने, चंगे लगते हैं। पर यह कहना भी मैं वाइट पेपर लैके आऊंगा पंजाब का खजाना खाली है, उन्हें पंजाब सुधर जाएगा। पंजाब वाइट पेपर लिया के पंजाब का खजाने थोड़े भरने हैं, वाइट पेपर छाप के तो होर तुम खजाने से भार पाओगे। वाइट पेपर का मतलब की है, यही दसोंगे ना पंजाब की हालत, पंजाब की हालत कहू नहीं पता। जो बजट रखना है, जो बजट वित्त मंत्री रखे मनप्रीत बादल और पंजाब बारे पता नहीं लगना किसी की है। लोड़ इस गल की है वाइट पेपर जारी करने की गल्ला छड़ के पंजाब का बजट इदा डिजाइन कर लो भी जेड़े साडे सोर्स बंद हो चुके, सोर्स जेड़े खोले जान, नवे स्रोत पैदा किए जान, रेवन्यू कित्थों आना है वो देखा जाए, लीकेज कित्थे हो रही है रेवन्यू की वो रोकी जाए, जेड़ा चोरी हो रहा पैसा उन्हों रोकया जाए, फजूल खर्च जी रोकने की गल कर रहे हो सचमुच अमली रूप से रोकी जाए, एक बेहतरीन बजट पंजाब के सामने रखा जाए, पंजाब के आने वाले समय के स्रोत नवे लभे जाए, पंजाब के खजाने किवें भर जो खजाने खाली जो गल कर रहे हैं। वाइट पेपर सामने रख के नहीं गल माननी, वाइट पेपर का एक दस्तावेज है, वो किसी ने पढ़ना ही नहीं, उदा ही पिया रहना, तो सर्दिया की सर्दियां चुक के मुड़ के कीड़े खान गए उस कागज में, उस वो पंजाब से हो पा रहा है। अगली गल जी कह रहे हैं, वो कह रहे हैं भी लाभ वाले अहदे से कोई भी मंत्री काम नहीं कर सकेगा। मुझे लगता है कि शायद अज तो ही हूं तो ही उन्हों का नवजोत सिंह सिद्धू कितना कितने एक खड़का चल पाया अंदर खाते, कौन कैप्टन अमरिंदर सिंह तो दूजे नंबर का कांग्रेस का लीडर है पंजाब में, एक ही मैं लगता है कितना कितने कोई मुकाबलेबाजी शुरू हो चुकी है। नवजोत सिंह सिद्धू के मुकाबले, नवजोत सिंह सिद्धू और एडवोकेट जनरल ने ग्रीन सिग्नल देता भी ठीक है तू करी जा भाई टेलीविजन शो, वक्री गल है कपिल शर्मा का शो आप ही बंद होने फिर उन्हें आपने जे कलाकार है उन्होंने बदतमीजी की है क्योंकि रेटिंग भी डिग गई है, तो उन्होंने काम करने को नहीं। कल हो सकता है कि नवजोत सिंह सिद्धू भी छड़ दे प्रोग्राम, पर नवजोत सिंह सिद्धू काम करने लिए हरी झंडी दी है, पंजाब के एडवोकेट जनरल ने दी है कैप्टन अमरिंदर के पुछण से राय मंगण से, मनप्रीत बादल कह रहे हैं कि काम नहीं कर सकता, तो काम तो हर मंत्री कर रहा है, मनप्रीत बादल ना करते हो गए, बाकी सारिया के कितना कितने बराबर के कारोबार है, किसी का प्रॉपर्टी का है, किसी का कोई होर शराब का कारोबार है, ऐसा बहुत सारे लोगों के कि बंद हो गए। हाले तो लाल बत्ती रौला पी जाता है कि लाल बत्ती लैनी है कि नहीं लैनी है, लाल बत्ती छड़न कोई तैयार नहीं, तो फिर अपने काम धंधे को कि छेगा। मैं लगता है सिर्फ सिर्फ मनप्रीत बादल के नाल एक मुकाबलेबाजी शायद लीडरशिप के मामले के मनप्रीत बादल की चल पे लगती है। जी जी बिल्कुल, कुछ क तत्थों तो लगता, कुछ क गलों तो लगता कि अंदर खती जी कुछ ना कुछ वो हो रहा है। तो अगे सवाल है कि आम आदमी पार्टी ये हुण पंजाब की विधानसभा दे विच जी अपोजिशन दे विच बैठे आ, तो लगता तो कुछ इस तरह ही आ कि कुछ बहुता ज़्यादा बदलिया नहीं, ये भी पहलियां दी पैड़ ते चल रहे आ, भी कभी वाकआउट हो गया कभी कुछ हो गया। देखो मैं समझ रहा कि ये सचमुच एक वखरा महान सिरजना आम आदमी पार्टी ने, तो फिर उन्होंने तौर तरीके अपने बदलने पैणगे। मैं शुरू तो कहता रहा कई मित्र मेरे तो इस करके नाराज रहे भी खबरें मैं आम आदमी पार्टी जी जी एक बदल के तौर पर आ रही है नुक्ताचीनी क्यों करना, मैं नुक्ताचीनी नहीं कर रहा, मैं सगो एक सियाद तौर उत्ते गल करता रहा कि आम आदमी पार्टी ने जो सचमुच बदल बनना तो वह की करे। जिड़िया गल् मैं करता रहा अज खुद आम आदमी पार्टी के वो लोग जोड़े है हारन तो बाद गल् हूँ कह रहे हैं, जिड़िया गल् अच्छे चार साल पहला कर रहे थे। हूँ भी मैं कहना कि जो तुम पता है कि जो आम आदमी पार्टी विरोधी धिर आई पंजाब च कांग्रेस की सरकार बनी है, आप दो बार ये गल की है भी जे आम आदमी पार्टी यानी चोणा तो चोणा के दौरान की है भी जे आम आदमी पार्टी जितनी है सरकार बनाई है तो उन्होंने किदा काम करना चाहिए, जो नहीं जितनी विरोधी धिर चाहती है तो उन्होंने किदा काम करना चाहिए, यह मैं गल दस चुका। और वो भी गल इस करके लोड़ फिर तो पै रही है क्योंकि जिदा अभी समझते हैं जिदा अभी सोचते हैं कि एक विरोधी धिर के तौर पर जिम्मेवार विरोधी धिर के तौर पर आम आदमी पार्टी आवे उदा नहीं आ रही, वो उही तौर तरीके अपना रही है जेडे तौर तरीके अकाली अपना आए हैं या कांग्रेसी अपना आए हैं। कांग्रेस ने 10 साल तक ओपोजिशन का रिश्ता जोड़ा होंगे सरकार के नो नभाया ही नहीं, एक जिम्मेवार विरोधी धिर
फिर तो कैप्टन अमरिंदर लैन जे आम आदमी पार्टी चाहती है कि जिम्मेदार विरोधी सिर बने तो बाइकाट की राजनीति चो बहर आना पैगा। यह गल हुई थोड़ा जहा रौला पाया बाइकाट करके बहार आज लोगों ने तुम बाइकाट करने थोड़ा भेजा उसे जे ते 22 MLA भी आम आदमी पार्टी के दो बैंस भरावान ने लोगों ने तुम्हें कहा भी भाई साड़िया गल् जाके विधानसभा च रखो विधानसभा के हर गल से बहस हो चर्चा हो नारेबाजी की थान के उत्ते लॉजिक न गल रखी जाए लोगों को पता लगे भी आम आदमी पार्टी कांग्रेस से अकालिया तो वक्री क्यों आ किवें सोचती है वो कि मसले आम आदमी पार्टी उठा रही है। जाओ तुम विधानसभा जाओ तो कोई भाषण कर रहा मुख्यमंत्री भाषण कर रहा या कोई भी सरकार वालों बंदा बोल रहा उसके खिलाफ नारेबाजी करो करके बाहर आके बह जाओ। यह कोई मतलब नहीं लोगों के पैसे की बर्बादी है एडे पार्लीमेंट के समा बर्बाद किया जाता है करोड़ों रुपए खर्च होंगे पार्लीमेंट के उत्ते विधानसभा के उत्ते जे राजनीति करने वाले लोग आ लोग राजनीति का पल्ला छड़ के सिर्फ उही राजनीति जी किसी भी राजनीति है विरोधी राजनीति के नाम के उत्ते नारेबाजी की राजनीति से बाइकाट की राजनीति करना पैदे है तो ये नुकसान लोगों का भी होंगे तो खुद एक जिम्मेदार विरोधी धिर के तौर के उत्ते कंसिडर नहीं होंगी आम आदमी पार्टी। इस करके मेरा सुझाव हम फिर आम आदमी पार्टी है कि उन्होंने लोगों की बांह फन की राजनीति करनी चाहिए विधानसभा के अंदर भी विधानसभा के अंदर भी विधानसभा के बाहर भी कल नारेबाजी करके नहीं सड़ना कि तुम नारेबाजी करनी है सड़कों पर आ जाओ सड़कों पर आओ खेत आओ मिलना चाहो जिथे लोग लड़ रहे हैं उन्होंने आके खड़ो उन्होंने अपनी राजनीति करो लोक राजनीति यह जरूरत है आम आदमी पार्टी की पर आम आदमी पार्टी इस पास वालू वही नहीं दिखाई दे रही वो बाइकाट राजनीति उतनी दिखाई दे रही है जिसका कोई सही किस्म का नजरिया नहीं है। बिल्कुल जी मेरा आखिरी सवाल होगा जिस तरह लोगों नू लारे लै गए सीगे थानू जॉबां दित्तियां जाणगियां थानू फोन दित्ते जाणगे जां जिहड़ा नशा है खत्म कर दिता जाऊगा की ये जिहड़ी सरकार है सारा कुछ कर सकूगी। देखो जिहड़े फोन दित्ते जाणगे फोन देणे सी कैप्टन अमरिंदर दे जां होर जिहड़े छोटे मोटे जिहड़े वादे उह तां करन च पूरे करन च कोई बहुता उहनां नू जोर नहीं लगना फोन फोन तां किसी कंपनी कुंपनी तों स्पॉन्सर कर लैणगे कंपनी वाले तुहानू पता ही है राजनीतिक पार्टियां नू किन्ना ज्यादा फंडिंग कर रहे उन्हां दी अपनी लोड़ है। सवाल तो यह है भी जॉब किदा क्रिएट करनी रुजगार किदा पैदा करना रुजगार पैदा करने वास्ते एक विजन चाहिए। अज पंजाब दे विच नियर अबाउट 90 लाख हाथ खाली है यानी 45 लाख लोग जेडे बेरोजगार बैठे आ 50 लाख के नेड़े टेड़े यानी अद्धा बेरोजगार है ते जॉब क्रिएट करन दा कोई किसे किस्म दा कोई नक्शा साडी सरकार कोल नहीं है दावे वादे करने होर गल है। फिर जिहड़ा सेहत दा साडा जिहड़ा सेहत महकमा आ ਉਹ ਬਿਲਕੁਲ ਜਿਹੜਾ ਕੋਲੈਪਸ ਹੋ ਚੁੱਕਾ ਦੋ ਹੀ ਚੀਜ਼ਾਂ ਐਜੂਕੇਸ਼ਨ ਤੇ ਹੈਲਥ ਇਹ ਦੋਨੋਂ ਸੈਕਟਰ ਜਿਹੜੇ ਕੋਲੈਪਸ ਹੋ ਚੁੱਕੇ ਆ ਡਿੱਗ ਚੁੱਕੇ ਆ ਖਤਮ ਹੋ ਚੁੱਕੇ ਆ ਜਰਜਰ ਹੋ ਚੁੱਕੇ ਆ ਇਹਨਾਂ ਨੂੰ ਕਿੱਦਾਂ ਪੈਰਾਂ ਸਿਰ ਕਰਨਾ ਇਹ ਵੀ ਕੋਈ ਸੁਪਨਾ ਨਹੀਂ ਹੈ ਜਿਹਨੂੰ ਰੂਪ ਦੇ ਵਿੱਚ ਜਿਹੜਾ ਲਾਗੂ ਕੀਤਾ ਜਾ ਸਕੇ। ਸੋ ਇਹ ਜਿਹੜੇ ਮੁੱਦੇ ਇਹਨਾਂ ਮੁੱਦਿਆਂ ਦੇ ਉੱਤੇ ਕਿਉਂਕਿ ਰਾਜਨੀਤੀ ਹੋਣੀ ਆ ਜਾ ਕੇ ਗਾਂਹ ਜਾ ਕੇ ਤੇ ਹੁਣ ਸਰਕਾਰ ਜਿਹੜੀ ਇਹਨਾਂ ਮੁੱਦਿਆਂ ਤੇ ਚੁੱਪ ਹੈ ਹੁਣ ਉਹ ਸਿਰਫ ਸਮਾਰਟਫੋਨ ਵੰਡਣ ਦੀ ਰਾਜਨੀਤੀ ਕਰੇਗੀ ਹੁਣ ਇਹ ਸਰਕਾਰ ਲਾਲ ਬੱਤੀ ਕਲਚਰ ਦੀ ਗੱਲ ਕਰਕੇ ਲੋਕਾਂ ਨੂੰ ਮੂਰਖ ਬਣਾਏਗੀ ਹੁਣ ਇਹ ਸਰਕਾਰ ਕਹੇਗੀ ਵੀ ਪੰਜਾਬ ਦਾ ਖਜ਼ਾਨਾ ਖਾਲੀ ਹੈ ਇਹ ਅਸੀਂ ਕਰੀਏ ਕਿ ਕਿੱਥੋਂ ਕਰੀਏ ਇਹ ਗੱਲਾਂ ਪਹਿਲਾਂ ਤੋਂ ਪਤਾ ਸੀ ਏਦਾਂ ਹੋਣੀ ਹੈ ਛੋਟੇ ਮੋਟੇ ਵਾਅਦੇ ਪੂਰੇ ਕਰਨ ਦੀ ਕੋਈ ਦਿੱਕਤ ਨਹੀਂ ਹੁੰਦੀ ਪ੍ਰੋਬਲਮ ਇਹ ਹੈ ਕਿ ਤੁਸੀਂ ਪੰਜਾਬ ਦੀ ਸੂਚੇ ਪੰਜਾਬ ਦੀ ਤਸਵੀਰ ਕਿੱਦਾਂ ਬਦਲਣੀ ਹੈ ਪੰਜਾਬ ਦੇ ਬੰਦੇ ਦੇ ਮਰ ਰਿਹਾ ਜਿਹੜਾ ਪੰਜਾਬ ਦਾ ਕਿਸਾਨ ਹੈ ਉਹਦੇ ਚ ਜਾਨ ਕਿੱਦਾਂ ਪਾਉਣੀ ਹੈ ਖੇਤਾਂ ਵਿੱਚੋਂ ਸਲਫਾਸ ਵੀ ਚੁੱਕ ਰਹੀ ਹੈ ਉਹ ਸਲਫਾਸ ਦਾ ਖਾਤਮਾ ਕਿੱਦਾਂ ਕਰਨਾ ਬਠਿੰਡੇ ਤੋਂ ਜਿਹੜੀ ਕੈਂਸਰ ਦੀ ਟ੍ਰੇਨ ਜਾਂਦੀ ਆ ਬੀਕਾਨੇਰ ਨੂੰ ਉਹ ਟ੍ਰੇਨ ਕਿਵੇਂ ਬੰਦ ਹੋਵੇ ਜੇ ਲੋੜ ਆ ਕੈਂਸਰ ਪੇਸ਼ੈਂਟ ਦੀ ਤਾਂ ਪੰਜਾਬ ਦੇ ਵਿੱਚ ਇਲਾਜ ਕਿਉਂ ਨਹੀਂ ਹੋਏ ਉਹਦਾ ਪ੍ਰਬੰਧ ਕਿਵੇਂ ਕਰਨਾ ਇਹ ਵੱਡੇ ਮੁੱਦੇ ਨੇ ਤੇ ਇਹਨਾਂ ਮੁੱਦਿਆਂ ਦੇ ਉੱਤੇ ਹਾਲ ਫਿਲਹਾਲ ਸਰਕਾਰ ਕਿਤੇ ਕੋਈ ਵਿਜ਼ਨ ਦਿਖਾਈ ਨਹੀਂ ਦੇ ਰਿਹਾ ਬਜਟ ਆਏਗਾ ਬਜਟ ਤੋਂ ਬਾਅਦ ਸ਼ਾਇਦ ਸਾਡੀਆਂ ਗੱਲਾਂ ਬਹੁਤੀਆਂ ਸਪਸ਼ਟ ਹੋਣਗੀਆਂ ਵੀ ਕਿਹੜੇ ਸੈਕਟਰ ਵਾਸਤੇ ਇਸ ਬਜਟ 'ਚ ਕੀ ਆ ਰਿਹਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਅਗਲੇ ਹਫ਼ਤੇ ਫਿਰ ਮਿਲਾਂਗੇ ਖ਼ਬਰ ਦੀ ਨਜ਼ਰ 'ਚ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।